ਉਹ ਫੋਨ ਥੋੜੀ ਹੈ ਜਿਹੜਾ ਗ੍ਰੀਨ ਬਟਨ ਦਬਾ ਦਿੰਦੇ ਹਾਂ ਆਪਾਂ ਕਾਲ ਕਰਨ ਲਈ, ਇਹ ਨਾ ਕੱਟ ਹੁੰਦਾ ਹੈ ਹਰਨੂਰ। ਇੱਧਰ ਫੋਟੋ ਸ਼ੂਟ ਹੋ ਰਿਹਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਬੈਕ ਟੂ ਅਨਦਰ ਡੇ। ਅੱਜ ਅਸੀਂ ਹੈਗੇ ਹਾਂ ਜੀ ਬੜਵਾ, ਅਤੇ ਅਸੀਂ ਹੁਣ ਇੱਥੋਂ ਜਾਣਾ ਸੀਂਦਵਾ। ਅਸੀਂ ਸਾਰੇ ਤਿਆਰ ਹੋ ਗਏ ਹਾਂ ਅਤੇ ਅਸੀਂ ਹੁਣ ਇੱਥੋਂ ਨਿਕਲਣ ਲੱਗੇ ਹਾਂ ਜੀ, ਅਤੇ ਸੀਂਦਵਾ ਲਈ ਅਸੀਂ ਸੀਂਦਵਾ ਜਾ ਰਹੇ ਹਾਂ, ਅਤੇ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹਾਂ। ਚਲੋ ਜੀ ਚਲੀਏ ਸੀਂਦਵਾ, ਅਤੇ ਤੁਹਾਨੂੰ ਨਾਲ ਨਾਲ ਦਿਖਾਉਂਦੇ ਹਾਂ ਸੀਂਦਵਾ। ਇਹ ਜੀ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸਾਡੀ ਸਟੇਅ ਸੀ, ਅਤੇ ਹੁਣ ਅਸੀਂ ਇੱਥੋਂ ਤਿਆਰ ਹੋ ਕੇ ਨਿਕਲਣ ਲੱਗੇ ਹਾਂ। ਹਾਂਜੀ, ਅਸੀਂ ਪਹੁੰਚ ਗਏ ਹਾਂ ਜੀ ਸੀਂਦਵਾ, ਅਤੇ ਹੁਣ ਅਸੀਂ ਜਾਣਾ ਕਿਸੇ ਦੇ ਘਰ ਅਤੇ ਨਾਸ਼ਤਾ ਪਾਣੀ ਕਰਨਾ। ਨਾਸ਼ਤਾ ਪਾਣੀ ਕਰਕੇ ਫਿਰ ਅਸੀਂ ਜਾਵਾਂਗੇ ਜੀ ਗੁਰਦੁਆਰਾ ਸਾਹਿਬ, ਜਿੱਥੇ ਸਾਡੀ ਕੀਰਤਨ ਹਾਜ਼ਰੀ ਹੈ। A few moments later. ਸੀਤਾ ਮਾਤ ਦੀ ਮੋਹ ਸੁਪਾਈ।
ਕੀਰਤਨ ਹਾਜ਼ਰੀ ਤੋਂ ਬਾਅਦ ਅਸੀਂ ਆਏ ਹਾਂ ਸੰਗਤ ਵਿੱਚੋਂ ਹੀ ਕਿਸੇ ਦੇ ਘਰ। ਬੜੀ ਪਿਆਰ ਵਾਲੀ ਸੰਗਤ ਹੈ, ਉਹਨਾਂ ਨੇ ਸਾਨੂੰ ਆਪਣੇ ਘਰ ਇਨਵਾਈਟ ਕੀਤਾ ਅਤੇ ਇੱਥੇ ਥੋੜ੍ਹੀ ਦੇਰ ਰੁਕ ਕੇ ਅਸੀਂ ਚਾਲੇ ਪਾਵਾਂਗੇ ਜੀ ਬੜਵਾਨੀ ਲਈ। ਜੀ ਬੜਵਾਨੀ ਸੇਂਦਵਾ ਤੋਂ ਬਾਅਦ ਅਸੀਂ ਇੱਥੇ ਆਏ ਹਾਂ ਅਤੇ ਹੁਣ ਸਾਡੀ ਇੱਥੇ ਹੋਟਲ ਦੇ ਵਿੱਚ ਸਟੇਅ ਹੈ। ਸ਼ਾਮ ਤੱਕ ਅਸੀਂ ਇੱਥੇ ਰਵਾਂਗੇ, ਸ਼ਾਮ ਨੂੰ ਸਾਡੀ ਇੱਥੇ ਬੜਵਾਨੀ ਦੇ ਵਿੱਚ ਕੀਰਤਨ ਹਾਜ਼ਰੀ ਹੈ ਅਤੇ ਫਿਰ ਅਸੀਂ ਇੱਥੇ ਥੋੜ੍ਹੀ ਦੇਰ ਰੈਸਟ ਕਰਾਂਗੇ। ਬਹੁਤ ਥਕਾਵਟ ਹੋ ਗਈ ਹੈ, ਬਹੁਤ ਥੱਕ ਚੁੱਕੇ ਹਾਂ ਅਤੇ ਥੋੜ੍ਹੀ ਦੇਰ ਰੈਸਟ ਕਰਦੇ ਹਾਂ, ਫਿਰ ਮਿਲਦੇ ਹਾਂ ਸ਼ਾਮ। ਹਰਨੂਰ ਨੂੰ ਨਾ ਔਡਰ ਨਹੀਂ ਕਰਨਾ ਆਉਂਦਾ, ਇੱਥੇ ਲੈਂਡਲਾਈਨ ਆ, ਜਦੋਂ ਆਪਾਂ ਕੁਛ ਵੀ ਔਡਰ ਕਰਨਾ ਹੁੰਦਾ ਨੰਬਰ ਡਾਇਲ ਕਰਕੇ ਬਸ ਆਪਾਂ ਕਾਲ ਕਰ ਦਿੰਦੇ ਹਾਂ, ਪਰ ਇਹ ਪਤਾ ਕੀ ਕਰਦਾ, ਰੁਕ ਮੈਂ ਤੁਹਾਨੂੰ ਦਿਖਾਉਂਦੀ ਹਾਂ। ਕੱਟ ਕਿਉਂ ਦਿੰਦਾ ਇਹ ਉਹ ਫੋਨ ਥੋੜ੍ਹੀ ਜਿਹੜਾ ਗ੍ਰੀਨ ਬਟਨ ਦਬਾ ਦਿੰਦੇ ਆਪਾਂ ਕਾਲ ਕਰਨ ਲਈ, ਇਹਨਾਂ ਕੱਟ ਹੁੰਦਾ ਹੈ ਹਰਨੂਰ। Two hours later. ਇੱਧਰ ਫੋਟੋ ਸ਼ੂਟ ਹੋ ਰਿਹਾ। ਹਾਂਜੀ ਅਸੀਂ ਆ ਗਏ ਹਾਂ ਜੀ ਵਾਪਸ ਗੁਰਦੁਆਰਾ ਸਾਹਿਬ ਤੋਂ ਅਤੇ ਹੁਣ ਆਰਾਮ ਕਰਾਂਗੇ ਅਤੇ ਸਵੇਰੇ ਅਸੀਂ ਜਾ ਰਹੇ ਹਾਂ ਇੰਦੌਰ। ਤੁਸੀਂ ਵੀ ਚੱਲੋ ਸਾਡੇ। ਸਵੇਰੇ ਕਿੱਥੇ ਜਾਣਾ? ਸਵੇਰੇ ਅਸੀਂ ਜਾਣਾ ਹੈ ਇੰਦੌਰ। ਇੰਦੌਰ